ਸਤਿ ਸ਼੍ਰੀ ਅਕਾਲ। ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ। ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਦਾ ਬਠਿੰਡਾ ਵਿੱਚ ਸਮਾਜ ਸੇਵਾ ਵਿੱਚ ਇੱਕ ਅਲੱਗ ਨਾਮ ਹੈ। ਜੀ ਹਾਂ, ਉਹਨਾਂ ਦਾ ਨਾਮ ਹੈ ਮੈਡਮ ਬਿੰਨੂ ਗੋਇਲ ਜੀ। ਆਓ ਮਿਲਦੇ ਹਾਂ ਉਹਨਾਂ ਵੱਲੋਂ ਸਮਾਜ ਵਿੱਚ ਕੀਤੀਆਂ ਗਈਆਂ ਗੱਲਾਂ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਕਿਤੇ ਦੱਸੋ ਵੀ ਤੁਸੀਂ ਸਮਾਜ ਸੇਵਾ ਕਰ ਰਹੇ ਹੋ, ਲੋਕਾਂ ਨੂੰ ਰਾਸ਼ਨ ਦੇ ਰਹੇ ਹੋ, ਕਿੰਨੇ ਲੋਕਾਂ ਨੂੰ ਰਾਸ਼ਨ ਦੇ ਚੁੱਕੇ ਹੋ? ਦੇਖੋ ਜੀ, ਜਦੋਂ 23 ਮਾਰਚ 22 ਮਾਰਚ ਦਾ ਕਰਫਿਊ ਦਾ ਐਲਾਨ ਹੋਇਆ, ਤਾਂ ਇਸ ਲੋਕਡਾਊਨ ਦਾ, ਇਸ ਕਰਫਿਊ ਦਾ ਜਨਤਾ ਨੇ ਪੂਰੀ ਤਰ੍ਹਾਂ ਸਮਰਥਨ ਕੀਤਾ, ਜੋ ਕਿ ਜ਼ਰੂਰੀ ਵੀ ਸੀ, ਕਿਉਂਕਿ ਕਰੋਨਾ ਮਹਾਂਮਾਰੀ ਦਾ ਕੋਈ ਇਲਾਜ ਨਹੀਂ, ਵੈਕਸੀਨ ਨਹੀਂ। ਉਦੋਂ ਤੋਂ ਹੀ, ਕਿਉਂਕਿ 17-18 ਸਾਲ ਤੋਂ ਮੇਰੀ ਟੀਮ ਨਾਲ ਮੈਂ ਪੂਰਾ ਜਿਹੜਾ ਅਸੀਂ ਤਨ ਮਨ ਦੇ ਨਾਲ ਲੱਗੇ ਹੋਏ ਹਾਂ ਸੇਵਾ ਕਰਨ 'ਤੇ ਕਿਸੇ ਨਾ ਕਿਸੇ ਰੂਪ 'ਚ, ਤਾਂ ਇਸ ਦੇ ਦੌਰਾਨ ਵੀ ਅਸੀਂ ਸੇਵਾ ਕਰਨ ਦਾ ਸੋਚਿਆ ਕਿ ਅਸੀਂ ਇਸ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਜਿਸ ਤਰ੍ਹਾਂ ਵੀ ਹੋਵੇ ਅਸੀਂ ਮਦਦ ਕਰਨੀ ਹੈ। ਤਾਂ ਸਭ ਤੋਂ ਪਹਿਲਾਂ, ਕਿਉਂਕਿ ਪਹਿਲੀ ਪ੍ਰੋਸੈਸ ਇਹੀ ਸੀ ਕਿ ਪਾਸ ਤਾਂ ਜ਼ਰੂਰੀ ਹੋਣਾ ਸੀ ਇਹਦੇ ਲਈ, ਜੇ ਤੁਸੀਂ ਬਾਹਰ ਜਾਣਾ, ਲੋਕਾਂ ਨੂੰ ਸੇਵਾ ਦੇਣੀ ਹੈ, ਤਾਂ ਪਾਸ ਲਈ ਅਪਲਾਈ ਕੀਤਾ। ਜਦੋਂ ਇਹ ਪਾਸ ਲਈ ਅਪਲਾਈ ਕੀਤਾ, ਤਾਂ ਸ਼ਾਮ ਤੱਕ ਖਬਰ ਆ ਗਈ ਸੀ ਕਿ ਪਾਸ ਸਾਡਾ ਤਿਆਰ ਹੈ। ਅਗਲੇ ਦਿਨ ਜਦੋਂ ਪਾਸ ਲੈਣ ਗਏ, ਤਾਂ ਪਤਾ ਲੱਗਿਆ ਕਿ ਪਾਸ ਰੱਦ ਹੋ ਗਿਆ। ਮਤਲਬ ਜ਼ਿੰਦਗੀ ਦੇ ਵਿੱਚ ਐਂ ਲੱਗਦਾ ਸੀ ਜਿਵੇਂ ਕੁਛ ਛਿਨ ਗਿਆ ਹੋਵੇ। ਮਤਲਬ ਕਿਉਂਕਿ ਜਿਹੜਾ ਇਨਸਾਨ 18 ਸਾਲ ਤੋਂ ਲਗਾਤਾਰ ਹਰ ਕੰਮ ਦੇ ਵਿੱਚ ਪਹਿਲੇ ਨੰਬਰ 'ਤੇ, ਜੇ ਮੈਂ ਬਚਪਨ ਦੀ ਵੀ ਗੱਲ ਕਰਾਂ, ਕੋਈ ਐਕਟੀਵਿਟੀ ਹੋਣੀ ਤਾਂ ਪਹਿਲੇ ਨੰਬਰ 'ਤੇ ਹੱਥ ਖੜ੍ਹੇ ਹੋਣਾ, ਤਾਂ ਇੱਥੇ ਵੀ ਕੁਛ ਕਰਨਾ ਚਾਹੁੰਦੇ ਸੀ, ਤਾਂ ਫਿਰ ਵੀ ਸਾਰੀਆਂ ਔਰਤਾਂ ਦੇ ਫੋਨ ਆਏ। ਮੇਰੀ ਵਲੰਟੀਅਰ ਦੇ, ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਬਠਿੰਡਾ ਦੇ ਵੱਖ ਵੱਖ ਏਰੀਏ 'ਚ ਰਹਿੰਦੀਆਂ, ਤਾਂ ਉਹਨਾਂ ਵੱਲੋਂ ਕਿ ਮੈਡਮ ਆਪਾਂ ਤਾਂ ਕੁਛ ਕਰਨਾ, ਕਿਵੇਂ ਨਾ ਕਿਵੇਂ ਕਰੋ, ਆਪਾਂ ਤਾਂ ਕੁਛ ਕਰਨਾ। ਫਿਰ ਅਸੀਂ ਬੈਠ ਕੇ ਜਿਹੜੀ ਹੈ ਵੀਡੀਓ ਕਾਨਫਰੰਸ ਰਾਹੀਂ ਅਸੀਂ ਮੀਟਿੰਗ ਕੀਤੀ ਆਪਸ ਦੇ ਵਿੱਚ, ਅਤੇ ਡਿਸਾਈਡ ਕੀਤਾ ਵੀ ਅਸੀਂ ਘਰ ਬੈਠ ਕੇ ਵੀ ਇਹ ਸੇਵਾ ਕਰ ਸਕਦੇ ਹਾਂ, ਵੀ ਆਪਾਂ ਮਾਯੂਸ ਨਹੀਂ ਹੋਣਾ, ਕਿਉਂਕਿ ਇੱਕ ਲੀਡਰ ਨੂੰ, ਟੀਮ ਲੀਡਰ ਨੂੰ ਇਹ ਬਹੁਤ ਧਿਆਨ ਰੱਖਣਾ ਪੈਂਦਾ ਕਿ ਆਪਣੀ ਟੀਮ ਨੂੰ ਹਮੇਸ਼ਾ ਹੌਸਲਾ ਅਫਜ਼ਾਈ ਲਈ ਕੁਛ ਕਰਦੇ ਰਹਿਣਾ, ਨਾ ਕਿ ਨੈਗੇਟਿਵਿਟੀ ਪਾਲਣਾ। ਤਾਂ ਸਭ 'ਚ ਬੜਾ ਹੌਸਲਾ ਆਇਆ ਘਰ ਬੈਠ ਕੇ ਹੀ ਉਹਨਾਂ ਵੀਰਾਂ ਰਾਹੀਂ ਜਿਨ੍ਹਾਂ ਦੇ ਪਾਸ ਬਣੇ ਆ, ਤੁਹਾਡੇ ਮੀਡੀਆ ਵੀਰਾਂ ਰਾਹੀਂ ਮੈਂ ਬਹੁਤ ਧੰਨਵਾਦ ਕਰਦੀ ਹਾਂ, ਉਹਨਾਂ ਨੇ ਵੀ ਸਾਥ ਦਿੱਤਾ। ਅਤੇ ਕਿਵੇਂ ਨਾ ਕਿਵੇਂ ਅਸੀਂ ਰਾਸ਼ਨ ਦੀਆਂ ਕਿੱਟਾਂ ਹੁਣ ਤੱਕ 580 ਦਿੱਤੀਆਂ ਸੀ, ਅੱਜ 150 ਕਿੱਟਾਂ ਅਸੀਂ ਹੋਰ ਤਿਆਰ ਕੀਤੀਆਂ, ਤਾਂ ਇਹ ਤੀਸਰਾ ਰਾਊਂਡ ਸੀ ਅੱਜ ਅਸੀਂ ਰਾਸ਼ਨ ਦੀਆਂ ਕਿੱਟਾਂ ਪਹੁੰਚਣੀਆਂ ਕੀਤੀਆਂ। ਮੇਰੇ 15 ਤੋਂ 16 ਇਹ ਜਿਹੇ ਵਲੰਟੀਅਰ ਜਿਹੜੇ ਆਪਣੇ ਆਪਣੇ ਏਰੀਏ 'ਚ ਬੈਠੇ ਆ, ਉਹਨਾਂ ਨੇ ਮਾਸਕ ਬਣਾ ਕੇ ਉੱਥੇ ਉੱਥੇ ਦੇਣੇ ਸ਼ੁਰੂ ਕੀਤੇ ਘਰ ਬੈਠੇ। ਅਤੇ ਇਸ ਤਰ੍ਹਾਂ ਦੀਆਂ ਵੀ ਮੇਰੀਆਂ 16 ਵਲੰਟੀਅਰ ਇਹ ਜੀਆਂ ਵੀ ਜਿਹੜਾ ਆਪਣੇ ਆਪਣੇ ਵੱਖ ਵੱਖ ਏਰੀਆ 'ਚ ਡੇਲੀ 25-30-35 ਜਿੰਨੇ ਫੁਲਕੇ ਬਣਦੇ ਆ, ਤਾਂ ਕਿ ਮੇਰਾ ਇਹੀ ਮੈਸੇਜ ਸੀ ਵੀ ਕੋਈ ਭੁੱਖਾ ਨਾ ਰਹੇ, ਤੁਸੀਂ ਉੱਥੇ ਪਰਿਵਾਰ ਨੂੰ ਜਿਹੜਾ ਰੋਟੀ ਦੇ ਕੇ ਆਓ ਜੇ ਤੁਹਾਡੇ ਆਸ ਪਾਸ ਕੋਈ ਪਰਿਵਾਰ ਹੈ। ਤਾਂ ਇਸ ਤਰ੍ਹਾਂ ਜਿਹੜਾ ਕੰਮ ਲਗਾਤਾਰ ਚੱਲ ਰਿਹਾ, ਅੱਜ ਤੁਸੀਂ ਦੇਖਿਆ ਕਿ ਉਸ 580 ਕਿੱਟਾਂ ਦੇ 2 ਰਾਊਂਡ ਤੋਂ ਬਾਅਦ ਅੱਜ ਤੀਸਰਾ ਚਰਨ ਆਇਆ, 650 ਕਿੱਟਾਂ ਹੋਰ ਤਿਆਰ ਕੀਤੀਆਂ। ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸੇਵਾ ਜਿਹੜੀ, ਇਹ ਜਿਹੜੀ ਹੈ ਸੇਵਾ ਸਾਡੀ ਜਿਹੜੀ ਹੈ ਪਰਮਾਤਮਾ ਸਵੀਕਾਰ ਕਰੇ, ਅਤੇ ਜਲਦੀ ਹੀ ਕਰੋਨਾ ਵਾਲੀ ਮਹਾਂਮਾਰੀ ਤੋਂ ਸਾਰਿਆਂ ਨੂੰ ਨਿਜਾਤ ਪਾਏ। ਬਠਿੰਡਾ ਦੀ ਪੁਲਿਸ ਹੋਵੇ, ਚਾਹੇ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਵਿਅਕਤੀ ਹੋਵੇ, ਹੈਲਥ ਡਿਪਾਰਟਮੈਂਟ ਦਾ, ਸਫਾਈ ਕਰਮਚਾਰੀ, ਮੇਰੇ NGO ਦੇ ਵੀਰ, ਚਾਹੇ ਮੇਰੇ ਮੀਡੀਆ ਦੇ ਜਿਹੜੇ ਦਿਨ ਰਾਤ ਮੇਰੇ ਮੀਡੀਆ ਦੇ ਵੀਰ ਫਿਰ ਰਹੇ ਆ, ਸੇਵਾ ਕਰ ਰਹੇ ਆ, ਸਾਨੂੰ ਇੱਥੋਂ ਤੱਕ ਘਰ ਬੈਠਿਆਂ ਨੂੰ ਖਬਰਾਂ ਪਹੁੰਚਾ ਰਹੇ ਆ, ਮੇਰਾ ਸਾਰਿਆਂ ਨੂੰ ਸਲੂਟ ਹੈ, ਨਤਮਸਤਕ ਹੈ ਉਹਦਾ। ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਹਿਯੋਗ ਮਿਲਿਆ? ਦੇਖੋ ਜੀ, ਪ੍ਰਸ਼ਾਸਨ ਤੋਂ ਸਹਿਯੋਗ ਮੈਨੂੰ ਨਹੀਂ ਲੱਗਦਾ, ਇਸ ਟਾਈਮ ਪ੍ਰਸ਼ਾਸਨ ਵੀ ਆਪਣਾ ਪੂਰਾ ਕਰ ਰਿਹਾ ਕੰਮ, ਅਤੇ NGO ਤੋਂ ਜਿੰਨਾ ਹੋ ਰਿਹਾ ਉਹ ਕਰ ਰਹੇ ਆ, ਅਤੇ ਸਹਿਯੋਗ ਤਾਂ ਇੱਕ ਪਾਸ ਜ਼ਰੂਰ ਚਾਹੀਦਾ ਸੀਗਾ, ਅਤੇ ਉਹ ਚਲੋ ਕਿਸੇ ਕਾਰਨ ਉਹਨਾਂ ਦੀ ਵੀ ਕੋਈ ਮਜ਼ਬੂਰੀਆਂ ਹੋ ਸਕਦੀਆਂ, ਮੈਂ ਇਹ ਕੋਈ ਸ਼ਿਕਾਇਤ ਨਹੀਂ ਕਰ ਰਹੀ, ਪਰ
क्योंकि ये भी पालना, क्योंकि मैं हमेशा अगर एक कहते होंगे समाज सेवी ही कानून की उलंघना करूँगा लोगों की मैसेज दूगा, इसलिए कानून के दायरे में ही रह के प्रशासन ने जिस तरह ऑर्डर किया, अगर वो ये चाहते हैं कि असी घर बैठ के सेवा करिए, उन्होंने शायद अच्छा लगे। और मैं एवें कह मैं हल्लाशेरी भी है जी, हर पासों मिल रही है, मैं शाबाश मिल रही, लोगों दुआवां मिल रही, मैं सब का धन्यवाद करती हाँ। सरकार अपना काम कर रही, चाहे पंजाब सरकार हो, चाहे सेंटर सरकार हो, पॉलिसियां मोदी जी दियाँ बहुत अच्छी अच्छी आ रही, जिमें जनधन योजना आई, वो 500 रुपया लोगों को आ रहा है, ज गरीब योजना आई, ज राशन मिल रहा, बड़ी अच्छी अच्छी पॉलिसीज है। तो इस तरह ही मैं कहनी हाँ सरकार जो अपना काम करते रहन, NGO अपना काम करते रहन, तो आप मिल के जंग जित लीए। थैंक यू, धन्यवाद जी। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।